ਚਰਚਿਤ ਜੱਸੀ ਸਿੱਧੂ ਕਤਲ ਕੇਸ ਵਿੱਚ ਜੱਸੀ ਦੀ ਮਾਤਾ ਮਲਕੀਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ 4 ਦਿਨ ਦੀ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ। ਕੈਨੇਡਾ ਨੇ ਦੋਹਾਂ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ। ਦੋਹਾਂ ਨੂੰ ਸ਼ੁੱਕਰਵਾਰ ਨੂੰ ਸੰਗਰੂਰ ਪੁਲਿਸ ਵੱਲੋਂ ਮਲੇਰਕੋਟਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮ੍ਰਿਤਕ ਜੱਸੀ ਸਿੱਧੂ ਦੀ ਮਾਂ ਅਤੇ ਮਾਮੇ ਉੱਤੇ ਜੱਸੀ ਦਾ ਅਣਖ ਖਤਰ ਕਤਲ ਕਰਾਉਣ ਦਾ ਭਾਰਤ ਵਿੱਚ ਕੇਸ ਦਰਜ ਹੈ। ਇਸ ਮਾਮਲੇ ਵਿੱਚ ਜੋਗਿੰਦਰ ਸਿੰਘ, ਅਨਿਲ ਕੁਮਾਰ ਅਤੇ ਅਸ਼ਵਨੀ ਕੁਮਾਰ ਨੂੰ ਪਹਿਲਾਂ ਹੀ ਸਜ਼ਾ ਹੋ ਚੁੱਕੀ ਹੈ। ਇਸ ਕੇਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਬਠਿੰਡਾ ਵਿੱਚ ਤੈਨਾਤ SPD ਦੇ ਅਹੁਦੇ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਸੁਵਰਨ ਸਿੰਘ ਖੰਨਾ ਨੇ, ਉਹ ਉਸ ਸਮੇਂ ਸੰਗਰੂਰ ਜ਼ਿਲ੍ਹੇ ਦੇ ਥਾਣਾ ਧੂਰੀ ਵਿੱਚ ਤੈਨਾਤ ਸਨ। ਇਹ ਕਤਲ 8 ਜੂਨ 2000 ਨੂੰ ਹੋਇਆ ਸੀ ਅਤੇ ਕੇਸ 9 ਜੂਨ ਨੂੰ ਦਰਜ ਕੀਤਾ ਗਿਆ। ਇਸ ਕੇਸ ਵਿੱਚ 13 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਹੋਇਆ ਸੀ। ਜੱਸੀ ਕਤਲ ਕੇਸ ਦੀ ਘਟਨਾ ਭਾਵੇਂ ਅਮਰਗੜ੍ਹ ਥਾਣੇ ਅਧੀਨ ਵਾਪਰੀ ਸੀ, ਪਰ ਇਸ ਕੇਸ ਨੂੰ ਹੱਲ ਕਰਨ ਦੀ ਜ਼ਿੰਮੇਵਾਰੀ ਸੁਵਰਨ ਸਿੰਘ ਖੰਨਾ ਨੂੰ ਦਿੱਤੀ ਗਈ ਸੀ। ਪੁਲਿਸ ਅਫਸਰ ਸੁਵਰਨ ਸਿੰਘ ਖੰਨਾ ਨੇ ਦੱਸਿਆ ਕਿ ਇਸ ਕੇਸ ਦਾ ਪਹਿਲਾ ਸੁਰਾਗ ਜਸਵਿੰਦਰ ਸਿੰਘ ਮਿੱਠੂ ਦੇ ਫੋਨ ਰਾਹੀਂ ਮਿਲਿਆ ਸੀ। ਜੱਸੀ ਦਾ ਮਾਮਾ ਸੁਰਿੰਦਰ ਸਿੰਘ ਬਦੇਸ਼ਾ ਅਤੇ ਉਸਦੀ ਮਾਂ ਮਲਕੀਤ ਕੌਰ ਬਦੇਸ਼ਾ ਫੋਨ ਤੋਂ ਮਿੱਠੂ ਨੂੰ ਧਮਕੀਆਂ ਦਿੰਦੇ ਸਨ। ਮੁਲਜ਼ਮਾਂ ਦੇ ਫੋਨ ਕਾਲ ਹੀ ਸੀ ਜਿਨ੍ਹਾਂ ਨੂੰ ਟਰੇਸ ਕਰਕੇ ਪੁਲਿਸ ਨੇ ਇਸ ਚਰਚਿਤ ਮਾਮਲੇ ਨੂੰ ਸੁਲਝਾਇਆ ਸੀ। ਇਨਵੈਸਟੀਗੇਟ ਦੇ ਦੌਰਾਨ ਜਿਹੜੇ ਜੋ ਕੁਛ ਗੱਲਾਂ ਸਾਡੇ ਸਾਹਮਣੇ ਆਈਆਂ ਅਤੇ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਇੱਕ ਕਾਲ ਡਿਟੇਲ ਜਿਹੜੀ ਹੈ ਅਕਿਊਜ ਪਰਸਨ ਜਿਹੜਾ ਸੁਰਜੀਤ ਸਿੰਘ ਜਿਹੜਾ ਵਿਦੇਸ਼ ਹੈ ਇੱਥੇ, ਅਤੇ ਉਹਦਾ ਇੱਕ ਨੰਬਰ ਸਾਨੂੰ ਟਰੇਸ ਹੋਇਆ। ਉਸ ਨੰਬਰ ਤੋਂ ਬਾਅਦ ਅਸੀਂ ਸਾਰੀ ਜਿਹੜੀ ਹੈ ਕਾਲ ਡਿਟੇਲ ਨੂੰ ਅਨੈਲਿਸਿਸ ਕਰਨ ਤੋਂ ਬਾਅਦ ਕੁਛ ਅਨਨੋਨ ਨੰਬਰ ਜਿਹੜੇ ਸਾਡੇ ਕੋਲ ਆਏ ਅਤੇ ਉੱਥੋਂ ਇੱਕ ਚੇਨ ਬਣ ਗਈ। ਚੇਨ ਬਣਨ ਤੋਂ ਬਾਅਦ ਇਹ ਸਾਰੇ ਬੰਦੇ ਜਿਹੜੇ ਨੇ ਅਸੀਂ ਉਹ ਅਰੈਸਟ ਕਰ ਲਏ। ਦੇਖੋ ਜਿਹੜਾ ਨਿਲ ਦੋਸ਼ੀ ਹੈ ਇਹ ਨਾ ਐਕਚੁਲੀ ਤਾਂ ਹੈ ਜਿਹੜੀਆਂ ਡਿਸਪਿਊਟਡ ਪ੍ਰੋਪਰਟੀ ਆ ਉਹ ਇਹ ਖਰੀਦਿਆ ਕਰਦਾ ਸੀਗਾ। ਸੋ ਇਹ ਉਹਦੇ ਸੰਪਰਕ 'ਚ ਸੀਗਾ ਆਪਣਾ ਜੋਗਿੰਦਰ ਸਿੰਘ ਥਾਣੇਦਾਰ ਜਿਹੜਾ ਇਸ ਟਾਈਮ ਜੇਲ੍ਹ ਦੇ ਵਿੱਚ ਹੈ। ਉਸਨੇ ਇਹਨਾਂ ਸਾਰਿਆਂ ਬੰਦਿਆਂ ਨੂੰ ਹਾਇਰ ਕੀਤਾ। ਹਾਇਰ ਕਰਨ ਤੋਂ ਬਾਅਦ ਇਹ ਜਿਹੜਾ ਕ੍ਰਾਈਮ ਹੈ ਅਫੈਂਸ ਹੈ ਇਹਨੂੰ ਉਹਨਾਂ ਨੇ ਅੰਜਾਮ ਦਿੱਤਾ। ਸੁਵਰਨ ਸਿੰਘ ਨੇ ਦਾਅਵਾ ਕੀਤਾ ਕਿ ਸਾਲ 2000 ਵਿੱਚ ਅਜੇ ਕਾਲ ਡਿਟੇਲ ਟਰੇਸ ਕਰਨ ਦੀ ਸ਼ੁਰੂਆਤ ਹੀ ਹੋਈ ਸੀ ਅਤੇ ਜੱਸੀ ਸਿੱਧੂ ਦਾ ਕੇਸ ਕਾਲ ਡਿਟੇਲਸ ਨੂੰ ਟਰੇਸ ਕਰਕੇ ਹੀ ਹੱਲ ਕੀਤਾ ਗਿਆ। ਇਹ ਕਤਲ ਦੀ ਯੋਜਨਾ ਬਣੀ ਕਿਵੇਂ ਸੀ? ਇਸ ਕਤਲ ਦੀ ਯੋਜਨਾ ਅਤੇ ਸੁਪਾਰੀ ਦਿੱਤੇ ਜਾਣ ਬਾਰੇ ਸੁਵਰਨ ਸਿੰਘ ਖੰਨਾ ਦੱਸਦੇ ਨੇ ਕਿ ਪੁਲਿਸ ਰਿਕਾਰਡ ਮੁਤਾਬਕ ਸੁਰਿੰਦਰ ਸਿੰਘ ਬਦੇਸ਼ਾ ਵੱਲੋਂ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਜੋਗਿੰਦਰ ਸਿੰਘ, ਜੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਸੀ, ਉਸ ਨਾਲ 25 ਲੱਖ ਰੁਪਏ ਵਿੱਚ ਸੌਦਾ ਕੀਤਾ। ਜੋਗਿੰਦਰ ਸਿੰਘ ਨੇ ਅਨਿਲ ਕੁਮਾਰ ਅਤੇ ਉਸਦੇ ਸਾਥੀਆਂ ਨੂੰ ਅੱਗੇ ਸੁਪਾਰੀ ਦਿੱਤੀ। ਅਨਿਲ ਕੁਮਾਰ ਅਤੇ ਉਸਦੇ ਸਾਥੀਆਂ ਨੇ ਕਈ ਦਿਨਾਂ ਦੀ ਰੇਕੀ ਤੋਂ ਬਾਅਦ 8 ਜੂਨ 2000 ਨੂੰ ਮਿੱਠੂ ਦੇ ਨਾਨਕੇ ਪਿੰਡ ਨਾਰੀਕੇ ਕੋਲ ਦੋਹਾਂ ਨੂੰ ਘੇਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਦੋਸ਼ੀਆਂ ਨੇ ਜੱਸੀ ਦਾ ਗਲਾ ਵੱਢ ਦਿੱਤਾ ਅਤੇ ਉਸਦੀ ਲਾਸ਼ ਗੱਡੀ ਵਿੱਚ ਰੱਖ ਲਈ। ਮਿੱਠੂ ਉੱਤੇ ਵੀ ਕਿਰਪਾਨਾਂ ਨਾਲ ਵਾਰ ਕੀਤੇ ਗਏ, ਪਰ ਉਸਨੂੰ ਮਰਿਆ ਹੋਇਆ ਸਮਝ ਕੇ ਉੱਥੇ ਸਿੱਟ ਦਿੱਤਾ ਗਿਆ, ਪਰ ਕਿਸਮਤ ਨਾਲ ਉਹ ਬਚ ਗਿਆ। ਜੱਸੀ ਦੀ ਲਾਸ਼ ਬਾਅਦ ਵਿੱਚ ਸੰਗਵਾਲਾ ਫਾਰਮ ਕੋਲੋਂ ਬਰਾਮਦ ਕੀਤੀ ਗਈ ਸੀ।